ਗੁਰਦੁਆਰਾ ਸਿੰਘਾ ਸ਼ਹੀਦਾ ਡੇਰਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟਾ ਆਲੋਵਾਲ ਫਿਲੌਰ ਵਿਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਅਤੇ ਸੱਚਖੰਡ ਵਾਸੀ ਮਾਤਾ ਪ੍ਰਕਾਸ਼ ਕੌਰ ਜੀ ਦੀ ਜਾਤ ਨੂੰ ਸਮਰਪਿਤ ਗੁਰਦੁਆਰਾ ਸਿੰਘਾ ਸ਼ਹੀਦਾ ਡੇਰਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟਾ ਆਲੋਵਾਲ ਫਿਲੌਰ 5 ਰੋਜ਼ਾ ਗੁਰਮਤਿ ਸਮਾਗਮ ਤੇ ਤੀਸਰੇ ਦਿਨ ਸਮੂਹ ਸੰਗਤਾਂ ਦੇ ਸਹਿਯੋਗ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲਵੇਟ ਆਲੋਵਾਲ ਤੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਨੰਗਲਵੇਟ ਆਲੋਵਾਲ ਫਿਲੌਰ ਵਾਲਿਆਂ ਦੀ ਦੇਖ ਰੇਖ ਹੇਠ 9 ਲੜਕੀਆਂ ਦੇ ਸਮੂਹਕ ਆਨੰਦ ਕਾਰਜ ਕਰਵਾਏ ਗਏ ਤੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਸਰਵਨ ਸਿੰਘ ਫਿਲੌਰ ਕੈਬਨਿਟ ਮੰਤਰੀ ਗੁਰਵਿੰਦਰ ਸਿੰਘ ਅਟਵਾਲ ਸਾਬਕਾ ਵਿਧਾਇਕ ਤੇ ਮਹਾਂਪੁਰਸ਼ ਤੇ ਵਿਸ਼ੇਸ਼ ਸ਼ਖਸੀਅਤਾਂ ਪਹੁੰਚੀਆਂ। ਚੌਥੇ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਤੇ ਕਬੱਡੀ ਮੁਕਾਬਲੇ ਵਾਲੀਬਾਲ ਦੇ ਮੈਚ ਕਰਵਾਏ ਤੇ ਇਨਾਮਾਂ ਦੀ ਵੰਡ ਕੀਤੀ ਗਈ। 5ਵੇਂ ਦਿਨ ਅੱਖਾਂ ਦਾ ਮੁਫਤ ਕੈਂਪ ਦਾ ਉਦਘਾਟਨ ਸੰਤ ਬਾਬਾ ਸੁਖਵਿੰਦਰ ਸਿੰਘ ਨੰਗਲਵੇਟ ਆਲੋਵਾਲ ਫਿਲੌਰ ਵਾਲਿਆਂ ਨੇ ਅਰਦਾਸ ਉਪਰੰਤ ਰੀਬਨ ਕੱਟ ਕੇ ਕੀਤਾ। ਕੈਂਪ ਦੇ ਅਰੋੜਾ ਆਈ ਹਸਪਤਾਲ ਜਲੰਧਰ ਦੀ ਟੀਮ ਨੇ ਸੈਂਕੜੇ ਮਰੀਜ਼ਾਂ ਦੀ ਚੈੱਕਅਪ ਕੀਤੀ ਤੇ ਲੋੜਵੰਦਾਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਤੇ ਆਪਰੇਸ਼ਨ ਵਾਲੇ ਮਰੀਜ਼ਾਂ ਦਾ ਆਪਰੇਸ਼ਨ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਸ਼ਖਸੀਅਤਾਂ ਦਾ ਯਾਦਗਾਰੀ ਚਿੰਨ੍ਹ ਤੇ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਵਿਰਸਾ ਸਿੰਘ ਖਾਲਸਾ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਚੌਧਰੀ ਸੰਤੋਖ ਸਿੰਘ ਪਾਰਲੀਮੈਂਟ ਮੈਂਬਰ ਜਲੰਧਰ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਿਲੌਰ ਖਾਲਸਾ ਡਾਕਟਰ ਅਮਰਜੋਤ ਸਿੰਘ ਸੰਧੂ ਬੀਬੀ ਕਰਮਜੀਤ ਕੌਰ ਸੰਧੂ ਹਰਜੀਤ ਸਿੰਘ ਮਨਜੀਤ ਸਿੰਘ ਗੁਰਮੇਲ ਸਿੰਘ ਸਲਾਹਕਾਰ ਗਰੇਵਾਲ ਲੁਧਿਆਣਾ ਤੇ ਵਿਸ਼ੇਸ਼ ਸ਼ਖਸੀਅਤਾਂ ਸ਼ਾਮਲ ਸਨ। ਸ਼ਾਨ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਸਾਰਿਆਂ ਨੂੰ ਪਹਿਲਾਂ ਦੇਸ਼ ਵਿਦੇਸ਼ ਅਤੇ ਸਥਾਨ ਤੇ ਆਈਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸਮਾਗਮ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਨੰਗਲ ਵੇਟ ਦੀ ਕਾਲੋ ਬਹੁਤ ਵਾਲਿਆਂ ਵੱਲੋਂ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ 552ਵੇਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 400 ਸਾਲਾ ਸ਼ਤਾਬਦੀ ਸਮਾਗਮ ਨੂੰ ਅਤੇ ਮਾਤਾ ਪ੍ਰਕਾਸ਼ ਕੌਰ ਸਾਲਾ ਪਾਸੇ ਸਮਰਪਿਤ 5 ਰੋਜ਼ਾ ਮਹਾਂਗੁਰੂ ਸਮਾਗਮ ਜੋ ਰੰਭ ਹੋਇਆ ਸੀ, ਜਿਹਦੇ ਵਿੱਚ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਜੀ ਸੰਧੂ ਜਿਨ੍ਹਾਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਸਮੁੱਚੀ ਸੰਗਤ ਵੱਲੋਂ ਦੌਰ ਦਾ ਪੇਂਡੂ ਖੇਡ ਮੇਲਾ ਕਰਵਾਇਆ ਗਿਆ, ਜਿਹਦੇ ਵਿੱਚ ਅੱਜ ਸਮਾਗਮ ਦਾ 5ਵਾਂ ਅਤੇ ਪੇਂਡੂ ਖੇਡ ਮੇਲੇ ਦਾ 2ਵਾਂ ਦਿਨ ਹੈ, ਜਿਹਦੇ ਵਿੱਚ 2ਵੇਂ ਦਿਨ ਵਿੱਚ ਅੱਜ ਸਵੇਰੇ ਅੱਖਾਂ ਦਾ ਮਹਾਨ ਕੈਂਪ ਰੰਭ ਹੋਇਆ, ਜਿਹਦੇ ਵਿੱਚ ਸੈਂਕੜੇ ਮਰੀਜ਼ਾਂ ਦੇ ਮੁਆਇਨੇ ਕੀਤੇ ਗਏ ਅਤੇ ਲੋੜਵੰਦ ਮਰੀਜ਼ਾਂ ਦੇ ਜੋ ਆਪਰੇਸ਼ਨ ਹੈ ਉਹ ਚੱਲ ਰਹੇ ਹਨ, ਲੈਂਜ ਪਾਏ ਜਾਣਗੇ, ਨਾਲ ਉਹਨਾਂ ਨੂੰ ਦਵਾਈਆਂ 3 ਕੱਪ ਵੀ ਦਿੱਤੀਆਂ ਗਈਆਂ ਅਤੇ ਹੁਣ ਕਬੱਡੀ ਦੇ ਜੋ ਕੱਪ ਹੈ ਆਮ ਉਮਰ ਕਬੱਡੀ ਦੇ ਟੂਰਨਾਮੈਂਟ ਅੱਜ ਚੱਲ ਰਹੇ ਆ, ਜਿਹਦੇ ਵਿੱਚ ਅਕਾਲ ਅਕੈਡਮੀਆਂ ਅਤੇ ਪਿੰਡ ਪੱਧਰ ਦੇ ਸਾਰੇ ਖਿਡਾਰੀ ਜੋ ਇੰਟਰਨੈਸ਼ਨਲ ਖਿਡਾਰੀ ਹੈ ਉਹ ਇਸ ਗਰਾਊਂਡ ਵਿੱਚ ਪਹੁੰਚੇ ਆ, ਜਿਹਨਾਂ ਵਿੱਚ ਅੱਜ ਲੜਕੇ ਅਤੇ ਲੜਕੀਆਂ ਦੇ ਆਲ ਓਵਰ ਟੂਰਨਾਮੈਂਟ ਚੱਲ ਰਹੇ ਆ। ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਵਿੱਚੋਂ
उन्होंने परिवार सत्कारयोग डॉक्टर नवजोत सिंह जी संधु जिन्हों की माता सत्कारयोग बीबी करमजीत कौर संधु मेरी धर्मपत्नी डॉक्टर नवजोत सिंह हरप्रीत कौर जी माता जी सत्कारयोग करमजीत कौर संधु वालों इस कबड्डी टूरनामेंट का उद्घाटन किया गया। तो सतगुरु कृपा करे ये जो समागम इस तरह चलते रहन। मैं जिते जिते भी संगत बैठी हाँ जो दर्शक भी देख रहे हैं उन्होंने गुरु नानक साहब के जन्मदिन दिया गुरु तेग बहादुर पातशाह शताब्दी गुरुदियां मंगलां बधाइयां दिंदा ते माता जी की याद में जिन्हां जिन्हां भी प्रेमियों ने अपना योगदान दिता उन्हां दा भी विशेष धन्नवाद करते हैं। ते आज भी संगतां ने किया है उह आखदा ते जिन्हां भी मीडिया वाले भी पहुंचे उन्हां सारे दा धन्नवाद जो इत्थे दे मेले नूं कवर करके दूर दूर तक दिखाते हैं। इनिया बेनतियां करना तुहाडे कोल क्षमा मंगदा आओ हुण जो कबड्डी दा टूरनामेंट है जो इस वेले टूरनामेंट अज चल रहा है जिहदे विच अकाल अकैडमी आ अते पिंड पद्दर दे सारे खिडारी जो इंटरनेशनल खिडारी है ओह इस ग्राउंड ते पहुंचे आ जिहदा पहला लड़के ते लड़कियां ते आल ओवर टूरनामेंट चल रहा है। अज दे टूरनामेंट दे विच साडे ओह सरकार संत बाबा दयाल सिंह महाराज उन्होंने परिवार विचों उन्होंने परिवार अते सरकारयोग डॉक्टर नवजोत सिंह जी संधु जिन्हां दी माता सरकारयोग बीबी करमजीत कौर संधु मेरी धर्मपत्नी अते अमर डॉक्टर नवजोत सिंह हरप्रीत कौर जी माता जी सरकारयोग करमजीत कौर संधु वालों इस कबड्डी टूरनामेंट का उद्घाटन किया गया। तो सतगुरु कृपा करे ये जो समागम इस तरह चलते रहन। मैं जिते जिते भी संगत बैठी हाँ जो दर्शक भी देख रहे हैं उन्होंने गुरु नानक साहब के जन्मदिन दिया गुरु तेग बहादुर पातशाह शताब्दी गुरु दिया लख लख बधाइया दिंदा माता जी की याद में जिन्हों जिन्हों भी प्रेमियों ने अपना योगदान दिता उन्होंने भी विशेष धन्यवाद करते हैं। आई हुई संगत का मैं जी आया उन्होंने आखदा जिन्हें भी मीडिया वाले भीर पहुंचे उन्होंने सारे का धन्यवाद जो इतने के मेले की कवर करके दूर दिन तक दिखाते हैं। इनिया बेनतियां करना बड़े हम क्षमा मंगदा आओ हम जो कबड्डी का टूरनामेंट है जो इस वे तरन तारण सुल्तानपुर लोधी श्री अमृतसर साहब दोनों के दरम्यान टूरनामेंट आरंभ हो लगा आओ इस टूरनामेंट का आनंद मानिए। वाहेगुरु जी का खालसा वाहेगुरु जी की। Subscribe now and press the bell icon. Never miss an update.